ਪੁਲਿਸ ਸਟੇਸ਼ਨ ਘਰਿੰਡੇ ਦੇ ਵਿੱਚ ਇੱਕ ਚੀਚਾ ਪਿੰਡ ਪੈਂਦਾ ਹੈ। ਉੱਥੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਛ ਜਿਹੜੇ ਹੈਗੇ ਬੰਦੇ ਉਹਨਾਂ ਕੋਲ ਇਲੀਗਲ ਵੈਪਨਸ ਹੈ ਜਿਹੜੀ ਕੋਈ ਗਲਤ ਵਾਰਦਾਤ ਵੀ ਕਰ ਸਕਦੇ ਹੈ। ਤਾਂ ਇਸ ਦੇ ਸੰਬੰਧੀ ਬੇਸਿਕਲੀ ਚਾਰ ਬੰਦੇ ਘਰਿੰਡਾ ਪੁਲਿਸ ਵੱਲੋਂ ਰਾਊਂਡ ਅਪ ਕੀਤੇ ਗਏ ਹੈ, ਜਿਨ੍ਹਾਂ ਵਿੱਚੋਂ ਦੋ ਬੰਦੇ ਜਿਹੜੇ ਹੈਗੇ ਤਰਨ ਤਾਰਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹੈ, ਦੋ ਫਰੀਦਕੋਟ ਡਿਸਟ੍ਰਿਕਟ ਨੂੰ। ਔਰ ਇਹਨਾਂ ਦੇ ਕੋਲੋਂ ਟੋਟਲ ਚਾਰ ਜਿਹੜੇ ਹੈਗੇ 32 ਬੋਰ ਦੇ ਇਲੀਗਲ ਕੰਟਰੀ ਮੇਡ ਹਥਿਆਰ ਪਿਸਟਲ ਜਿਹੜੇ ਹੈ ਉਹ ਬਰਾਮਦ ਕੀਤੇ ਗਏ ਹੈ। ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਵੈਪਨ ਹੈਗੇ ਇਹ ਇਹਨਾਂ ਨੇ ਤਕਰੀਬਨ ਬਸ 5-6 ਦਿਨ ਪਹਿਲਾਂ ਹੀ UP ਜਾਂ MP ਸਾਈਡ ਤੋਂ ਇਹ ਇੱਥੇ ਇਹਨਾਂ ਨੂੰ ਸਮਗਲ ਕਰਕੇ ਲੈ ਕਰਕੇ ਆਏ ਹੈ। ਹਜੇ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਜੀ ਉਹਦੇ ਵਿੱਚ ਇਹ ਗੱਲ ਸਾਹਮਣੇ ਨਹੀਂ ਆਈ ਹੈ। ਬਾਕੀ ਅਸੀਂ ਸਾਰੀ ਡੂੰਘਾਈ ਨਾਲ ਸਾਰੇ ਮਸਲੇ ਜਾਂਚ ਕਰ ਰਹੇ ਹਾਂ, ਪਰ ਇੰਨੀ ਗੱਲ ਜ਼ਰੂਰ ਕਲੀਅਰ ਹੈ ਕਿ ਇਹ ਵੈਪਨ ਤਕਰੀਬਨ ਬਸ 5-6 ਦਿਨ ਪਹਿਲੇ ਹੀ ਇਹ ਸਮਗਲ ਕਰਕੇ ਪੰਜਾਬ ਵਿੱਚ ਲੈ ਕੇ ਆਏ ਹੈ, ਮੱਧ ਪ੍ਰਦੇਸ਼ ਜਾਂ UP ਸਾਈਡ ਤੋਂ। ਹਾਂਜੀ, ਇਹਨਾਂ ਦੇ ਵਿੱਚੋਂ ਜੀ ਦੋ ਹੈਗੇ ਐਕਿਊਜ਼ਡ, ਇੱਕ ਹੈਗਾ ਕਰਨਵੀਰ ਸਿੰਘ ਜਿਹੜਾ ਰੈਸੀਡੈਂਟ ਹੈਗਾ ਹਰੀਕੇ ਦਾ, ਔਰ ਦੂਜਾ ਹੈਗਾ ਵਿਕਰਮ ਸੋਨੂ ਜਿਹੜਾ ਰੈਸੀਡੈਂਟ ਹੈ ਅਮਰਕੋਟ, ਬੋਥ ਆਫ ਡਿਸਟ੍ਰਿਕਟ ਤਰਨ ਤਾਰਨ। ਤਾਂ ਇਹਨਾਂ ਦੇ ਉੱਤੇ ਪਰਚੇ ਦਰਜ ਹੈ, ਇੱਕ ਦੋਸ਼ੀ ਦੇ ਉੱਤੇ ਚਾਰ ਪਰਚੇ ਦਰਜ ਹੈ NDPS ਐਕਟ, ਆਰਮਸ ਐਕਟ, ਐਕਸਾਈਜ਼ ਐਕਟ ਦੇ ਤਹਿਤ, ਅਤੇ ਜਿਹੜਾ ਦੂਜਾ ਦੋਸ਼ੀ ਹੈ ਉਸ 'ਤੇ NDPS ਐਕਟ ਦੇ ਪਰਚੇ ਦਰਜ ਹੈ। ਇਹਨਾਂ ਦਾ ਇੱਕ ਤਾਂ ਜੀ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਬੇਸਿਕਲੀ ਇਲੀਗਲ ਵੈਪਨ ਪੈਡਲਿੰਗ ਜਿਹੜੀ ਹੁੰਦੀ ਹੈ, ਮਤਲਬ ਅੱਗੇ ਪਿੱਛੇ ਗੈਰ ਕਾਨੂੰਨੀ ਅਸਲੇ ਨੂੰ ਪੁਸ਼ ਕਰਨਾ, ਤਾਂ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ। ਔਰ ਇਹਨਾਂ ਦਾ ਮੇਨ ਜਿਹੜਾ ਏਰੀਆ ਆਫ ਆਪਰੇਸ਼ਨ ਸੀ ਉਹ ਅੰਮ੍ਰਿਤਸਰ ਔਰ ਤਰਨ ਤਾਰਨ ਦਾ ਏਰੀਆ ਸੀਗਾ। ਔਰ ਬਾਕੀ ਜਿਵੇਂ ਇਹਨਾਂ ਵਿੱਚੋਂ ਦੋ ਦੋਸ਼ੀਆਂ ਦੇ ਪੁਰਾਣੇ ਕ੍ਰਿਮੀਨਲ ਰਿਕਾਰਡ ਵੀ ਹੈਗੇ, ਤਾਂ ਇਸ ਕਰਕੇ ਅਸੀਂ ਇਹਨਾਂ ਦੀ ਔਰ ਡੂੰਘਾਈ ਨਾਲ ਅੱਗੇ ਜਾਂਚ ਕਰਾਂਗੇ। ਕਿੰਨੇ ਦਿਨ ਦਾ ਰਿਮਾਂਡ ਲਿਆ ਇਹਨਾਂ ਨੂੰ? ਹੁਣ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਅਤੇ ਅੱਗੇ ਪੁਲਿਸ ਵੱਲੋਂ ਰਿਮਾਂਡ ਵੀ ਜਿਹੜਾ ਹੈਗਾ ਉਹ ਉਸੀ ਰਿਕੁਐਸਟ ਕੀਤੀ ਜਾਊਗੀ। ਸਰ, ਜਿਸ ਤਰ੍ਹਾਂ ਦਿੱਲੀ 5 ਬੰਦੇ ਪਹਿਲੇ ਮਿਲੀਟੈਂਟ ਫੜੇ ਸਨ ਥੋੜ੍ਹੇ ਦਿਨ ਪਹਿਲੇ, ਉਹਨਾਂ ਦਾ ਬਿਆਨ ਸੀ ਕਿ ਅਸੀਂ ਜਿਹੜੇ ਨਹੀਂ, ਹਜੇ ਤੱਕ ਜੀ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਪਰ ਪੁਲਿਸ ਪੂਰੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਇੰਨੀ ਗੱਲ ਜ਼ਰੂਰ ਕਲੀਅਰ ਹੋਈ ਹੈ ਕਿ ਜਿਹੜੇ ਚਾਰ ਵੈਪਨ ਹੈਗੇ ਇਹ ਰੀਸੈਂਟਲੀ ਹੀ ਇਹਨਾਂ ਨੇ ਮਤਲਬ ਕਿ UP ਸਾਈਡ ਤੋਂ ਇੱਥੇ ਪੰਜਾਬ ਵਿੱਚ ਲੈ ਕੇ ਆਏ ਹੈ।